ਐਕਸੀਡੈਂਟ ਤੋਂ ਬਾਅਦ ਪੱਥਰਾਂ ਦੇ ਵਿੱਚ ਦਿਵਿਆਂਗ ਦੀ ਲਾਸ਼ ਲੁਕਾ ਦਿੱਤੀ। ਐਸੇ ਡਰਾਈਵਰਾਂ ਲਈ ਤੁਸੀਂ ਕੀ ਕਹੋਗੇ? ਕੁਝ ਅਜਿਹੇ ਡਰਾਈਵਰ ਹੁੰਦੇ ਨੇ ਜਿਹੜੀ ਸਾਰੇ ਡਰਾਈਵਰਾਂ ਨੂੰ ਬਦਨਾਮ ਕਰ ਦਿੰਦੇ ਨੇ। ਤੁਹਾਨੂੰ ਦੱਸਦੇ ਹਾਂ ਕਿ ਇੱਕ ਟਰੱਕ ਡਰਾਈਵਰ ਦੇ ਕੋਲੋਂ ਗਲਤੀ ਦੇ ਨਾਲ ਇੱਕ ਐਕਸੀਡੈਂਟ ਹੋ ਜਾਂਦਾ ਹੈ ਜਿਸ ਦੇ ਵਿੱਚ ਇੱਕ ਦਿਵਿਆਂਗ ਸ਼ਖਸ ਦੀ ਮੌਤ ਹੋ ਜਾਂਦੀ ਹੈ। ਜੀ ਹਾਂ, ਸਹੀ ਸੁਣਿਆ, ਹੈਂਡੀਕੈਪ ਸ਼ਖਸ ਜਿਸ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਇਹਨਾਂ ਘਟੀਆ ਡਰਾਈਵਰਾਂ ਦੇ ਵੱਲੋਂ ਇੱਕ ਪੱਥਰਾਂ ਦੇ ਵਿੱਚ ਲੁਕੋ ਦਿੱਤਾ ਗਿਆ ਅਤੇ ਆਪਦਾ ਬੰਦਾ ਜਿਹੜਾ ਟਰੱਕ ਡਰਾਈਵਰ ਜ਼ਖਮੀ ਹੋਇਆ ਸੀ ਉਸ ਨੂੰ ਹਸਪਤਾਲ ਪਹੁੰਚਾ ਦਿੱਤਾ ਅਤੇ ਉਸ ਨੂੰ ਲਵਾਰਿਸ ਵੀ ਨਹੀਂ ਛੱਡਿਆ। ਲਵਾਰਿਸ ਜੇਕਰ ਸੜਕ 'ਤੇ ਪਿਆ ਹੁੰਦਾ ਤਾਂ ਕੋਈ ਸਮੇਂ ਸਿਰ ਹਸਪਤਾਲ ਪਹੁੰਚਾ ਦਿੰਦਾ, ਕੀ ਪਤਾ ਦਿਵਿਆਂਗ ਸ਼ਖਸ ਦੀ ਜਾਨ ਬਚ ਜਾਂਦੀ। ਉਸ ਨੂੰ ਸਾਈਡ ਦੇ ਪੱਥਰਾਂ 'ਚ ਲੁਕਾ ਦਿੱਤਾ ਜਿਸ ਕਰਕੇ ਉਸਦੀ ਮੌਤ ਹੋ ਗਈ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਚੀਨੀ ਦੇ ਨਾਲ ਭਰਿਆ ਹੋਇਆ ਟਰੱਕ ਸੀ, ਇਸਨੇ ਦਿਵਿਆਂਗ ਸ਼ਖਸ ਨੂੰ ਕੁਚਲਿਆ ਜਿਸ ਦੀ ਮੌਕੇ 'ਤੇ ਮੌਤ ਹੋ ਗਈ। ਉਸ ਤੋਂ ਬਾਅਦ ਆਪਣੀ ਗਲਤੀ ਲੁਕਾਉਣ ਲਈ ਇਹਨਾਂ ਟਰੱਕ ਡਰਾਈਵਰਾਂ ਦੇ ਵੱਲੋਂ ਆਪਣੇ ਸਾਥੀ ਬੁਲਾ ਕੇ ਉਸਦੀ ਲਾਸ਼ ਨੂੰ ਪੱਥਰਾਂ ਦੇ ਵਿੱਚ ਛੁਪਾਇਆ ਗਿਆ, ਲੁਕੋ ਦਿੱਤਾ ਗਿਆ, ਜਿਸ ਤੋਂ ਬਾਅਦ ਆਪ ਫਰਾਰ ਹੋ ਗਏ। ਤੁਹਾਨੂੰ ਦੱਸ ਦਈਏ ਕਿ ਕਰਨਾਲ ਦੇ ਕਾਛਵਾ ਰੋਡ 'ਤੇ ਹਾਦਸਾ ਹੋਇਆ ਏ। ਦਰਅਸਲ ਤੁਹਾਨੂੰ ਦੱਸੀਏ ਕਿ ਸਵੇਰ ਵੇਲੇ ਬਾਰਿਸ਼ ਹੋ ਰਹੀ ਸੀ, ਮੌਸਮ ਖਰਾਬ ਸੀ। ਇੱਕ ਟਰੱਕ ਜੋ ਮੇਰਠ ਤੋਂ ਪੰਜਾਬ ਵੱਲ ਜਾ ਰਿਹਾ ਸੀ, ਚੀਨੀ ਲੈ ਕੇ ਭਰਿਆ ਹੋਇਆ ਸੀ ਚੀਨੀ ਦੇ ਨਾਲ, ਇੱਕ ਦਿਵਿਆਂਗ ਸ਼ਖਸ ਜੋ ਕਿ ਪੈਦਲ ਚੱਲ ਰਿਹਾ ਹੁੰਦਾ ਹੈ ਸੜਕ 'ਤੇ, ਟੱਕਰ ਹੁੰਦੀ ਹੈ, ਦਿਵਿਆਂਗ ਸ਼ਖਸ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਟਰੱਕ ਚਾਲਕ ਹੈ ਜਿਹੜਾ, ਉਹ ਆਪਣੇ ਆਪ ਨੂੰ ਤਾਂ ਹਸਪਤਾਲ ਦਾਖਲ ਕਰਵਾ ਦਿੰਦਾ ਹੈ, ਪਰ ਉਸ ਤੋਂ ਪਹਿਲਾਂ ਆਪਣੇ ਟਰੱਕ ਡਰਾਈਵਰਾਂ ਦੀ ਹੈਲਪ ਦੇ ਨਾਲ, ਹੈਲਪਰ ਜਿਹੜਾ ਨਾਲ ਬੈਠਾ ਹੁੰਦਾ ਹੈ, ਇਹ ਦੋਨੇ ਜਣੇ ਮਿਲ ਕੇ ਜਿਹੜਾ ਸ਼ਖਸ ਦਿਵਿਆਂਗ ਮਰ ਚੁੱਕਾ ਹੈ ਉਸਦੀ ਲਾਸ਼ ਲੁਕਾ ਦਿੰਦੇ ਆ। ਅਤੇ ਆਲੇ ਦੁਆਲੇ ਬਾਅਦ ਦੇ ਵਿੱਚ ਪਿੰਡ ਦੇ ਲੋਕਾਂ ਨੂੰ ਪਤਾ ਚੱਲਿਆ, ਜਿਸ ਤੋਂ ਬਾਅਦ ਹੁਣ ਮੁੱਦਾ ਚੱਕਿਆ ਗਿਆ ਹੈ। ਦੇਖਣਾ ਇਹ ਹੋਵੇਗਾ ਕਿ ਆਖਰ ਪੁਲਿਸ ਇਸ ਦੇ ਵਿੱਚ ਕੀ ਐਕਸ਼ਨ ਲੈਂਦੀ ਹੈ ਅਤੇ ਕਦੋਂ ਤੱਕ ਉਹ ਡਰਾਈਵਰ ਅਤੇ ਉਸਦਾ ਸਾਥੀ ਫੜੇ ਜਾਣ। ਔਰ ਸਭਸੇ ਘਟੀਆ ਬਾਤ ਇਨ ਟਰੱਕ ਚਾਲਕੋਂ ਨੇ ਕੀ ਹੈ, ਵੀ ਆਪਣਾ ਬੰਦਾ ਜੋ ਇਨਕਾ ਕਨੈਕਟਰ ਥਾ ਉਸਕੋ ਤੋਂ ਰੈਫਰ ਕਰ ਦਿਆ, ਔਰ ਆਪ ਲੈ ਕੇ ਆ ਉਠਾ ਕੇ ਆਪਣੇ ਟਰੱਕ ਕੇ ਉੱਪਰ ਇਹਨਾਂ ਨੇ ਤਰਪਾਲ ਡੱਕ ਦੀ ਚੀਨੀ ਬਜਾਣੇ ਕੇ ਲੀਏ, ਔਰ ਜੋ ਆਦਮੀ ਇਹਨਾਂ ਨੇ ਕੁਚਲ ਕੇ ਮਾਰ ਦਿਆ ਉਸਕੇ ਉੱਪਰ ਪੱਥਰ ਡੱਕ ਦੀ। ਪੱਥਰ ਐਸੀ ਘਟੀਆ ਹਰਕਤ ਕਰਨੇ ਵਾਲੋਂ ਕੇ ਖਿਲਾਫ ਮੈਂ SHO ਸਾਹਿਬ ਵੀ ਸਾਹਮਣੇ ਖੜਿਆ, ਮੈਂ ਇਹ ਚੀਜ਼ ਕੀ ਦਰਖਾਸਤ ਕਰਦਾ ਹਾਂ, ਇਨਸਾਨ ਇਨਸਾਨ ਹੋਤਾ ਹੈ, ਇਨ ਜੋ ਇਨਸਾਨੋਂ ਨੇ ਇਸਕੇ ਸਾਥ ਐਸਾ ਘਟੀਆ ਹਰਕਤ ਕੀ ਹੈ ਉਨਕੇ ਖਿਲਾਫ ਕੜੀ ਸੇ ਕੜੀ ਕਾਰਵਾਈ ਹੋਣੀ ਚਾਹੀਏ। ਬਿਲਕੁਲ ਮੈਂ ਕਹਤਾ ਹੂੰ, ਇੱਕ ਬੱਚਾ ਗਾਉਂ ਕਾਛੂਏ ਕਾ ਹੀ ਹੈ, ਵੋ ਇਤਨਾ ਪਤਾ ਕਨਫਰਮ ਹੋ ਚੁੱਕਾ ਹੈ, ਹਾਂ ਪੈਦਲ ਆ ਰਹਾ ਥਾ, ਯੇ ਪਤਾ ਨਹੀਂ, ਲੇਕਿਨ ਹਮਾਰੇ ਕੋ ਪਤਾ 8 ਵਜੇ ਚਲਾ ਹੈ, ਤੋ ਡਰਾਈਵਰ ਨੇ ਕਬੂਲ ਲਿਆ ਹੈ, ਹਾਂ ਯੇ ਡਰਾਈਵਰ ਨੇ ਕੀਆ ਕੁਚਲ ਦਿਆ, ਉਸਨੇ ਬਤਾ ਦਿਆ ਇਸ ਬਾਤ ਕੋ ਵੀ ਮੇਰੇ ਨੀਚੇ ਟਰੱਕ ਕੇ ਨੀਚੇ ਹੀ ਕੁਚਲਾ ਗਿਆ, ਪੱਥਰੋਂ ਸੇ ਵੀ ਹਮਨੇ ਡਕ ਦਿਆ, ਯੇ ਬਾਤ ਨਹੀਂ ਕਹੀ, ਲੇਕਿਨ ਯੇ ਤੋ ਦਿਖ ਰਹਾ ਹੈ, ਸਾਰੇ ਗਾਉਂ ਕੋ ਦਿਖ ਰਹਾ ਹੈ, ਸਾਰਾ ਗਾਉਂ ਆਪਕੇ ਸਾਹਮਣੇ ਖੜਾ ਹੈ, ਵੀ ਪੱਥਰੋਂ ਸੇ ਉਸਕਾ ਕੋਈ ਚਿਹਰਾ ਨਹੀਂ ਪਤਾ, ਕੋਈ ਪਤਾ ਨਹੀਂ, ਯੇ ਤੋ ਅਨਨੋਨ ਥਰਡ ਪਰਸਨ ਵੈਸੇ ਜਾ ਰਹਾ ਥਾ, ਆਪਣੀ ਇਸਨੇ ਗਾੜੀ ਕੋ ਪਲਟੀ ਕਰਾਣੇ ਕੇ ਲਈ ਲੇਬਰ ਬੁਲਾਈ ਥੀ, ਜਬ ਉਹਨੇ ਯੇ ਦੇਖੀ ਤੋ ਉਹਨੇ ਪਲਟੀ ਕਰਨ ਸੇ ਮਨਾ ਕਰ ਦਿਆ, ਉਹਨਾਂ ਨੇ ਕਿਹਾ ਪਹਿਲੇ ਇਸਕੋ ਸੰਭਾਲੋ ਉਸਕੇ ਬਾਅਦ ਹਮ ਪਲਟੀ ਕਰਾਂਗੇ ਆਪਕੇ। ਕਿਸਕੀ ਮੌਤ ਹੋਈ ਹੈ? ਇਸਕਾ ਨਾਮ ਡਰਾਈਵਰ ਮਨਾ ਕਰ ਰਿਹਾ, ਹਮਨੇ ਨਹੀਂ ਕੀਆ, ਕਿਸੇ ਹੋਰ ਨੇ ਕੀਆ ਹੋਗਾ, ਹੋ ਸਕਤਾ ਕਿਸੀ ਨੇ ਬਈ
ਕਿਆ ਕਰਿਆ ਹੈ? ਅਗਰ ਹਾਂ ਗਲਤ ਹੈ ਬਿਲਕੁਲ ਨਹੀਂ, ਅਗਰ ਕੁੱਤੇ ਲੈ ਜਾਂਦੇ ਫਿਰ ਵੀ ਦੇਖੋ ਕਿਸੇ ਐਂਗਲ ਸੇ ਹੈ। ਪੁਲਿਸ ਕੋ ਜਾਣਕਾਰੀ ਨਹੀਂ, ਪੁਲਿਸ ਕਿਉਂ ਹਮਾਰੇ ਕੋ ਸਰਪੰਚ ਸਾਹਿਬ ਨੇ ਟੈਲੀਫੋਨ ਗਿਆ ਹੈ, ਉਸਕੇ ਹਮ ਤੁਰੰਤ 5-7 ਮਿੰਟ ਮੇਂ ਯਹਾਂ ਮੌਕੇ ਪਹੁੰਚ ਗਏ।